ਤਾਂ ਦੋਸਤੋ ਜੇ ਤੁਹਾਡਾ ਵੋਟਰ ਕਾਰਡ ਗੁੰਮ ਹੋ ਗਿਆ ਹੈ ਅਤੇ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਨਹੀਂ ਹੈ ਆਪਣੇ ਵੋਟਰ ਕਾਰਡ ਦੇ ਰਿਲੇਟਡ, ਫਿਰ ਵੀ ਤੁਸੀਂ ਆਪਣਾ ਜਿਹੜਾ ਨਿਊ ਵੋਟਰ ਕਾਰਡ ਹੈ ਰਿਕਵਰ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇ ਕਿਸੇ ਦੀ ਡੈਥ ਹੋ ਗਈ ਹੈ ਅਤੇ ਡੈਥ ਤੋਂ ਬਾਅਦ ਆਪਾਂ ਨੂੰ ਉਹਨਾਂ ਦੇ ਵੋਟਰ ਕਾਰਡ ਦੀ ਜ਼ਰੂਰਤ ਹੈ ਤਾਂ ਵੀ ਇਹ ਵੀਡੀਓ ਤੁਹਾਡੇ ਲਈ ਬੈਨੀਫਿਸ਼ੀਅਲ ਹੈ, ਕਿਉਂਕਿ ਤੁਸੀਂ ਡੈਥ ਹੋਏ ਪਰਸਨ ਦਾ ਵੀ ਵੋਟਰ ਕਾਰਡ ਇੱਥੋਂ ਰਿਕਵਰ ਕਰ ਸਕਦੇ ਹੋ। ਓਕੇ ਦੋਸਤੋ, ਇਹ ਵੀਡੀਓ ਇੰਨੀ ਬੈਨੀਫਿਸ਼ੀਅਲ ਹੈ, ਆਈ ਨੋ ਤੁਸੀਂ ਸਬਸਕ੍ਰਾਈਬ ਵੀ ਕਰੋਗੇ ਅਤੇ ਲਾਈਕ ਵੀ ਕਰੋਗੇ ਅਤੇ ਵੀਡੀਓ 'ਤੇ ਕਮੈਂਟ ਵੀ ਜ਼ਰੂਰ ਕਰੋਗੇ। ਕਿਉਂਕਿ ਦੋਸਤੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ, ਆਪਾਂ ਸਿੱਧਾ ਮੋਟਿਵ 'ਤੇ ਆਉਂਦੇ ਹਾਂ। ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ, ਸਭ ਤੋਂ ਆਪਣੇ ਮੋਬਾਈਲ ਦੇ ਬਰਾਊਜ਼ਰ ਵਿੱਚ ਜਾਣਾ ਅਤੇ ਗੂਗਲ ਵਿੱਚ ਸਰਚ ਕਰਨਾ NVSP.in। ਸਰਚ ਕਰਨ ਤੋਂ ਬਾਅਦ ਇਹਨਾਂ ਦੀ ਆਫਿਸ਼ਲ ਵੈਬਸਾਈਟ ਇਸ ਤਰ੍ਹਾਂ ਦੀ ਤੁਹਾਡੇ ਸਾਹਮਣੇ ਖੁੱਲ੍ਹ ਜਾਂਦੀ ਹੈ। ਅਤੇ ਦੋਸਤੋ ਇਹ ਵੈਬਸਾਈਟ ਮੋਬਾਈਲ 'ਤੇ ਵੀ ਉਨੀ ਜਲਦੀ ਵਰਕ ਕਰਦੀ ਹੈ ਜਿੰਨੀ ਜਲਦੀ ਇਹ PC 'ਤੇ ਕਰ ਰਹੀ ਹੈ। ਅਤੇ ਇਸ ਤੋਂ ਬਾਅਦ ਦੋਸਤੋ ਆਪਾਂ ਕਰਨਾ ਕੀ ਹੈ, ਜਿਹੜਾ ਫਸਟ ਬੋਕਸ ਆਪਾਂ ਨੂੰ ਦਿਖ ਰਿਹਾ ਯੈਲੋ ਕਲਰ ਦਾ, ਸਰਚ ਇਨ ਇਲੈਕਟ੍ਰੋਨ ਰੋਲ 'ਤੇ ਆਪਾਂ ਕਲਿੱਕ ਕਰ ਲਵਾਂਗੇ। ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਆਪਣੀ ਡਿਟੇਲ ਭਰੋਗੇ। ਤਾਂ ਦੋਸਤੋ ਸਾਡੇ ਚੈਨਲ ਵੱਲੋਂ ਇੱਕ ਛੋਟਾ ਜਿਹਾ ਗਿਫਟ, ਜੋ ਵੀ ਸਾਡੀ ਵੀਡੀਓਜ਼ ਦੇਖਦੇ ਨੇ ਉਹਨਾਂ ਲਈ ਛੋਟਾ ਜਿਹਾ ਗਿਫਟ ਦੇ ਰਿਹਾ। ਅਤੇ ਇਹ ਗਿਫਟ ਹੈ ਜਿਹੜਾ ਕਿ 3 ਮੰਥ ਦਾ ਰੀਚਾਰਜ ਸਾਡੀ ਟੀਮ ਵੱਲੋਂ ਕਰਵਾਇਆ ਜਾਵੇਗਾ। ਬਸ ਕਰਨਾ ਕਿ ਤੁਸੀਂ ਇੱਕ ਛੋਟੇ ਜਿਹੇ ਕੁਐਸਚਨ ਦਾ ਆਨਸਰ ਦੇਣਾ ਹੈ ਅਤੇ ਪਹਿਲੇ 3 ਜਿਹੜੇ ਕੈਂਡੀਡੇਟ ਹੋਣਗੇ ਜਿਨ੍ਹਾਂ ਨੇ ਸਹੀ ਆਨਸਰ ਦਿੱਤਾ ਹੋਊਗਾ ਉਹਨਾਂ ਨੂੰ 3 ਮੰਥ ਦਾ ਰੀਚਾਰਜ ਸਾਡੀ ਟੀਮ ਵੱਲੋਂ ਫ੍ਰੀ ਕਰਵਾਇਆ ਜਾਵੇਗਾ। ਅਤੇ ਅੱਜ ਦਾ ਕੁਐਸਚਨ ਹੈ ਜਿਹੜਾ ਕਿ ਮੈਂ ਇਸ ਵੀਡੀਓ ਵਿੱਚ ਦੋਸਤੋ ਸ਼ਬਦ ਕਿੰਨੀ ਵਾਰ ਯੂਜ਼ ਕੀਤਾ ਹੈ, ਮਤਲਬ ਕਿੰਨੀ ਵਾਰ ਮੈਂ ਦੋਸਤੋ ਬੋਲ ਕੇ ਇਸ ਵੀਡੀਓ ਵਿੱਚ ਤੁਹਾਨੂੰ ਸਮਝਾਇਆ ਹੈ। ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਫਿਲ ਕਰਨਾ ਹੈ ਜਿਹੜਾ ਆਪਣਾ ਨਾਮ, ਆਪਾਂ ਇੱਥੇ ਫਿਲ ਕਰ ਲਾਂਗੇ। ਇਸ ਤੋਂ ਬਾਅਦ ਆਪਣੀ ਏਜ ਆਪਾਂ ਇੱਥੇ ਫਿਲ ਕਰ ਲਾਂਗੇ, ਇਸ ਤੋਂ ਬਾਅਦ ਸਟੇਟ, ਇਸ ਤੋਂ ਬਾਅਦ ਜ਼ਿਲ੍ਹਾ ਆਪਣਾ ਅਤੇ ਵਿਧਾਨ ਸਭਾ ਜਿਹੜੇ ਵੀ ਆਪਣੇ ਏਰੀਏ ਦੀ ਜਿਹੜੀ ਕੌਂਸਟੀਟੂਐਂਸੀ ਪੈਂਦੀ ਹੈ ਇੱਥੇ ਆਪਾਂ ਸਿਲੈਕਟ ਕਰ ਲਾਂਗੇ। ਪੂਰਾ ਆਪਸ਼ਨ ਇੱਥੇ ਖੁੱਲ੍ਹ ਜਾਂਦਾ ਹੈ। ਅਤੇ ਇਸ ਸਾਈਡ ਆਪਾਂ ਆਪਣਾ ਫਾਦਰ ਨੇਮ ਅਤੇ ਆਪਣਾ ਜੈਂਡਰ ਸਿਲੈਕਟ ਕਰਾਂਗੇ, ਮੇਲ ਫੀਮੇਲ ਜੋ ਵੀ ਹੋ ਤੁਸੀਂ। ਅਤੇ ਉਸ ਤੋਂ ਬਾਅਦ ਕਰਨਾ ਕੁਛ ਨਹੀਂ ਹੈ, ਇਹ ਸੇਮ ਕੈਪਚਾ ਜਿਹੜਾ ਇਸ ਬੋਕਸ ਵਿੱਚ ਲਿਖਿਆ ਹੈ ਸੇਮ ਅੱਖਰ ਆਪਾਂ ਇੱਧਰ ਟਾਈਪ ਕਰਕੇ ਖੋਜੀ ਅਤੇ ਸਰਚ 'ਤੇ ਆਪਾਂ ਕਲਿੱਕ ਕਰ ਦਾਂਗੇ। ਸਰਚ ਕਰਨ ਤੋਂ ਬਾਅਦ ਤੁਸੀਂ ਨੀਚੇ ਰਿਜ਼ਲਟ ਦੇਖ ਸਕਦੇ ਹੋ, ਇੱਥੇ ਪੂਰੀ ਡਿਟੇਲ ਜਿਹੜੀ ਵੀ ਵੋਟਰ ਕਾਰਡ ਦੀ ਡਿਟੇਲ ਹੈ ਮੇਰੀ ਨੀਚੇ ਆ ਗਈ ਹੈ। ਅਤੇ ਇਸ ਤੋਂ ਬਾਅਦ ਆਪਾਂ ਕਰਨਾ ਕਿ ਵਿਊ ਡਿਟੇਲ 'ਤੇ ਆਪਾਂ ਕਲਿੱਕ ਕਰਾਂਗੇ ਅਤੇ ਪੂਰੀ ਡਿਟੇਲ ਤੁਹਾਡੇ ਸਾਹਮਣੇ ਆ ਜਾਵੇਗੀ ਤੁਹਾਡੇ ਵੋਟਰ ਕਾਰਡ ਦੀ। ਇਸ ਤੋਂ ਬਾਅਦ ਆਪਾਂ ਨੀਚੇ ਸੂਚਨਾ ਪ੍ਰਿੰਟ 'ਤੇ ਆਪਾਂ ਜਦੋਂ ਕਲਿੱਕ ਕਰਾਂਗੇ ਤਾਂ ਤੁਹਾਡਾ TDH ਨੰਬਰ ਹੁੰਦਾ ਦੋਸਤੋ, ਜਿਹੜਾ ਉੱਪਰ ਜਿਹੜਾ ਵੋਟਰ ਕਾਰਡ ਵਿੱਚ ਸਭ ਤੋਂ ਮੇਨ ਨੰਬਰ ਮੰਨਿਆ ਜਾਂਦਾ ਉਹ ਤੁਹਾਨੂੰ ਮਿਲ ਜਾਵੇਗਾ। ਇਸ ਤੋਂ ਬਾਅਦ ਆਪਾਂ ਕਰਨਾ ਕਿ ਦੁਬਾਰੇ ਇਹਨਾਂ ਦੀ ਆਫਿਸ਼ੀਅਲ ਵੈਬਸਾਈਟ ਉੱਪਰ ਜਾਣਾ ਅਤੇ ਜਦੋਂ ਆਪਣੇ ਕੋਲ ਇਨਰੋਲਮੈਂਟ ਨੰਬਰ ਮਿਲ ਗਿਆ ਤਾਂ ਆਪਾਂ ਕਰੈਕਸ਼ਨ ਇਨ ਇੰਟਰੀ 'ਤੇ ਆਪਾਂ ਕਲਿੱਕ ਕਰਕੇ ਨਵੇਂ ਜਿਹੜਾ ਵੋਟਰ ਕਾਰਡ ਵਾਸਤੇ ਅਪਲਾਈ ਕਰ ਦਾਂਗੇ ਅਤੇ ਵਿਦਇਨ 1 ਮੰਥ ਤੁਹਾਡੇ ਘਰ ਇਹ ਵੋਟਰ ਕਾਰਡ ਪਹੁੰਚ ਜਾਵੇਗਾ। ਦੋਸਤੋ ਸਿੰਪਲ ਜਿਹਾ ਪ੍ਰੋਸੈਸ ਸੀ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਰਿਕੁਐਸਟ ਹੈ ਦੋਸਤੋ ਆਪਣਾ ਸਬਸਕ੍ਰਾਈਬ ਅਤੇ ਲਾਈਕ ਟੱਚ ਕਰਨ 'ਚ ਕੁਛ ਨਹੀਂ ਜਾਂਦਾ, ਸੋਚ ਕੇ ਦੇਖੋ ਥੋੜ੍ਹਾ।